ਅਸੀਂ ਸਾਰੇ ਕਾਨੂੰਨ ਦੇ ਬੱਜੇ ਆ। ਇੱਕ ਕਾਨੂੰਨ ਦੇ ਤਹਿਤ ਦੇਸ਼ ਚੱਲਦਾ ਹੈ, ਕਾਨੂੰਨ ਦੇ ਤਹਿਤ ਪੁਲਿਸ ਚੱਲਦੀ ਹੈ। ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਇਹ ਮੁੱਦਾ ਚੱਲ ਰਿਹਾ ਪਿਛਲੇ 1 ਮਹੀਨੇ ਤੋਂ, ਇਹਦਾ ਅਸੀਂ 5-7 ਦਿਨ ਦੇ ਵਿੱਚ ਕੋਈ ਨਾ ਕੋਈ ਪੋਜ਼ਿਟਿਵ ਹੱਲ ਕੱਢਾਂਗੇ। ਲੋਕਾਂ ਦਾ ਸਵਾਲ ਇਹ ਰਹਿੰਦਾ ਹੈ ਵੀ ਪੁਲਿਸ ਦੇ ਵੱਲੋਂ ਬਾਅਦ ਵਿੱਚ ਇਨਕੁਆਇਰੀਆਂ ਕਰਕੇ ਕੱਢੇ ਜਾਂਦੇ ਆ ਪਰਚਿਆਂ ਦੇ ਵਿੱਚੋਂ, ਜਦੋਂ ਪਰਚਾ ਕਰਨਾ ਹੁੰਦਾ FIR ਲਾਂਚ ਕਰਨੀ ਹੁੰਦੀ ਤਾਂ ਉਦੋਂ ਤਫਤੀਸ਼ ਵਗੈਰਾ ਨਹੀਂ ਕੀਤੀ ਜਾਂਦੀ? ਕਿਉਂਕਿ ਜਿਹੜਾ ਮਦਈ ਬਿਆਨ ਲਿਖਾਉਂਦਾ, ਜਿਹਦੇ ਨਾਮ ਲਿਖਾਉਂਦਾ, ਅਸੀਂ ਲੀਗਲੀ ਬਾਉਂਡ ਹਾਂ ਉਹਦੇ ਨਾਮ ਲਿਖਣ ਨੂੰ। ਹੁਣ ਤੱਕ ਦੀ ਤਫਤੀਸ਼ ਕੀ ਕਹਿੰਦੀ ਹੈ ਜੀ? ਪਰਮਿੰਦਰ ਝੋਟਾ ਬੇਕਸੂਰ ਹੋ ਕੇ ਬਾਹਰ ਆਏਗਾ, ਪੋਜ਼ਿਟਿਵ ਹੈ ਮਤਲਬ ਕਿ ਜੀ? ਹੁਣ ਤੱਕ ਪਰਮਿੰਦਰ ਝੋਟਾ ਦੇ ਪਿਤਾ ਜੀ ਨੇ ਗੱਲ ਕਹੀ ਜੀ ਵੀ ਜਿਹੜੇ ਬਾਕੀ ਪੰਜਾਬ ਦੇ ਵਿੱਚ ਜਾਂ ਮਾਨਸਾ ਦੇ ਵਿੱਚ ਵੀ ਜੇ ਹੋਰ ਨੌਜਵਾਨਾਂ 'ਤੇ ਹੋਏ ਨੇ, ਜਦੋਂ ਤੱਕ ਉਹਨਾਂ 'ਤੇ ਪਰਚੇ ਰੱਦ ਨਹੀਂ ਹੋਣਗੇ ਜੀ, ਸਾਡਾ ਪੁੱਤ ਵੀ ਬਾਹਰ ਨਹੀਂ ਆਊਗਾ। ਜਿਵੇਂ ਮੈਂ ਕਿਹਾ ਕਿ ਮੈਂ ਮਾਨਸੇ ਦੇ ਕੇਸ ਬਾਰੇ ਦੱਸ ਸਕਦਾ ਕਿ ਇਨਵੈਸਟੀਗੇਸ਼ਨ ਕਾਫੀ ਐਡਵਾਂਸ ਸਟੇਜ 'ਤੇ। ਪਿੰਡਾਂ ਦੇ ਵਿੱਚੋਂ ਕੋਈ ਨਸ਼ਾ ਤਸਕਰ ਦੀ ਜੇ ਗ੍ਰਿਫਤਾਰੀ ਹੁੰਦੀ ਹੈ ਜੀ, ਤਾਂ ਪਿੰਡ ਦਾ ਹੀ ਕੋਈ ਮੌਤ ਪਰ ਜਾ ਕੇ ਜੀ ਉਹਨਾਂ ਦੀ ਜ਼ਮਾਨਤ ਕਰਾ ਲਿਆਉਂਦਾ, ਤਾਂ ਇਸ ਚੀਜ਼ ਨੂੰ ਤੁਸੀਂ ਮੰਨਦੇ ਹੋ ਬਈ? ਪਰਮਿੰਦਰ ਝੋਟੇ ਦੇ ਹੱਕ ਦੇ ਵਿੱਚ ਅੱਜ ਵੱਡਾ ਇਕੱਠ ਹੋਇਆ ਪਿਆ ਅਤੇ ਉਸੇ ਇਕੱਠ ਨੂੰ ਸੰਬੋਧਨ ਕਰਕੇ ਆਏ ਨੇ SSP ਨਾਨਕ ਸਿੰਘ ਜੀ। ਗੱਲਬਾਤ ਕਰਦੇ ਹਾਂ ਸਰ, ਕਿਵੇਂ ਵੇਖਦੇ ਹੋ ਜੀ ਇਕੱਠ ਹੋਇਆ ਅਤੇ ਤੁਸੀਂ ਵੀ ਅੱਜ ਸੰਬੋਧਨ ਕੀਤਾ ਹੈ, ਤਾਂ ਇਹ ਸਾਰੀ ਚੀਜ਼ ਨੂੰ ਪਿਛਲੇ ਮਹੀਨੇ ਤੋਂ ਲਗਾਤਾਰ ਸੰਘਰਸ਼ ਹੋ ਰਿਹਾ ਜੀ, ਪੂਰੇ ਪੰਜਾਬ ਦੇ ਵਿੱਚ ਮੁਹਿੰਮ ਛਿੜੀ ਹੈ, ਤਾਂ ਹੁਣ ਕਿੱਥੇ ਕੁ ਤਫਤੀਸ਼ ਜਿਹੜੀ ਪਹੁੰਚੀ ਹੈ ਜੀ? ਨਹੀਂ, ਤਫਤੀਸ਼ ਕਾਫੀ ਐਡਵਾਂਸ ਸਟੇਜ 'ਤੇ, ਆਲਮੋਸਟ 1 ਮਹੀਨਾ ਹੋ ਗਿਆ ਸਾਨੂੰ ਪਰਚਾ ਦਰਜ ਕੀਤੇ, ਮੋਰ ਦੈਨ 1 ਮੰਥ। ਸੋ ਤਫਤੀਸ਼ ਕਾਫੀ ਐਡਵਾਂਸ ਸਟੇਜ 'ਤੇ, ਜਿਵੇਂ ਮੈਂ ਉੱਥੇ ਵੀ ਕਿਹਾ ਸੀ ਕਿ ਮਦਈ ਦੇ ਬਿਆਨ ਦੁਬਾਰਾ ਸਾਨੂੰ ਲਿਖਣੇ ਬਹੁਤ ਜ਼ਰੂਰੀ ਹੈ। ਸੋ ਮਦਈ ਇੱਥੇ ਨਹੀਂ ਹੈਗਾ, ਜਦੋਂ ਉਹ ਆਏਗਾ ਉਹਦੇ ਬਿਆਨ ਦੁਬਾਰਾ ਲਿਖ ਕੇ ਅਸੀਂ ਕਾਰਵਾਈ ਕਰਾਂਗੇ। ਸਰ, ਇੱਕ ਲੋਕਾਂ ਦਾ ਸਵਾਲ ਇਹ ਰਹਿੰਦਾ ਹੈ ਵੀ ਪੁਲਿਸ ਦੇ ਵੱਲੋਂ ਬਾਅਦ ਵਿੱਚ ਇਨਕੁਆਇਰੀਆਂ ਕਰਕੇ ਕੱਢੇ ਜਾਂਦੇ ਆ ਪਰਚਿਆਂ ਦੇ ਵਿੱਚੋਂ, ਜਦੋਂ ਪਰਚਾ ਕਰਨਾ ਹੁੰਦਾ FIR ਲਾਂਚ ਕਰਨੀ ਹੁੰਦੀ ਤਾਂ ਉਦੋਂ ਤਫਤੀਸ਼ ਵਗੈਰਾ ਨਹੀਂ ਕੀਤੀ ਜਾਂਦੀ ਜੀ? ਨਹੀਂ, ਮੈਂ ਬੜਾ ਇਹਦੇ 'ਚ ਕੈਟਾਗੋਰੀਕਲੀ ਕਹਿਣਾ ਚਾਹੂੰਗਾ ਕਿ ਇਨਕੁਆਇਰੀ ਵਰਡ ਜਿਹੜਾ ਤੁਸੀਂ ਯੂਜ਼ ਕਰ ਰਹੇ ਹੋ ਅਸੀਂ ਨਹੀਂ ਯੂਜ਼ ਕਰਦੇ ਜੀ। ਸਾਡੀ ਤਫਤੀਸ਼ ਹੁੰਦੀ ਹੈ, ਤਫਤੀਸ਼ ਵਿੱਚ ਕਈ ਵਾਰੀ ਕਿਸੇ ਬੰਦੇ ਦਾ ਰੋਲ ਨਹੀਂ ਆਉਂਦਾ, ਕਿਉਂਕਿ ਜਿਹੜਾ ਮਦਈ ਬਿਆਨ ਲਿਖਾਉਂਦਾ, ਜਿਹਦੇ ਨਾਮ ਲਿਖਾਉਂਦਾ, ਅਸੀਂ ਲੀਗਲੀ ਬਾਉਂਡ ਹਾਂ ਉਹਦੇ ਨਾਮ ਲਿਖਣ ਨੂੰ। ਸੋ ਉਹਦੇ ਹਿਸਾਬ ਨਾਲ ਅਸੀਂ ਪਰਚਾ ਦਰਜ ਕਰਦੇ ਹਾਂ। ਪਰਚੇ 'ਚ ਬਾਅਦ 'ਚ ਇਨਵੈਸਟੀਗੇਸ਼ਨ ਹੁੰਦੀ ਹੈ, ਕਈ ਵਾਰੀ ਇਨਵੈਸਟੀਗੇਸ਼ਨ 'ਚ ਕੋਈ ਬੰਦਾ ਹੁੰਦਾ ਜਿਹਦਾ ਨਾਮ ਵੱਧ ਲਿਖਾਇਆ ਗਿਆ, ਕਈ ਵਾਰੀ ਇਹ ਵੀ ਹੁੰਦਾ ਕਿਸੇ ਦਾ ਨਾਮ ਨਹੀਂ ਲਿਖਾਇਆ ਗਿਆ, ਉਹ ਬਾਅਦ 'ਚ ਐਡ ਕੀਤਾ ਜਾਂਦਾ। ਸੋ ਤਫਤੀਸ਼ 'ਚ ਬੜੇ ਫੈਕਟ ਹੁੰਦੇ, ਉਸ ਫੈਕਟ ਦੇ ਮੁਤਾਬਕ ਅਸੀਂ ਚੱਲਦੇ ਹਾਂ। ਹੁਣ ਤੱਕ ਦੀ ਤਫਤੀਸ਼ ਕੀ ਕਹਿੰਦੀ ਹੈ ਜੀ? ਪਰਮਿੰਦਰ ਝੋਟਾ ਬੇਕਸੂਰ ਹੋ ਕੇ ਬਾਹਰ ਆਏਗਾ, ਪੋਜ਼ਿਟਿਵ ਹੈ ਮਤਲਬ ਕਿ ਜੀ ਹੁਣ ਤੱਕ? ਦੇਖੋ, ਇਹਦਾ ਮੈਟਰ ਆਫ ਇਨਵੈਸਟੀਗੇਸ਼ਨ ਹੈ, ਹੁਣ ਤੱਕ ਦੀ ਤਫਤੀਸ਼ ਕੀ ਕਹਿੰਦੀ ਹੈ ਮੈਂ ਔਨ ਕੈਮਰਾ ਤਾਂ ਨਹੀਂ ਦੱਸ ਸਕਦਾ, ਬਿਕੋਜ਼ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ। ਸੋ ਜੇ ਆਪਾਂ ਔਨ ਕੈਮਰਾ ਇਨਵੈਸਟੀਗੇਸ਼ਨ ਡਿਸਕਸ ਕਰਨੀ ਸ਼ੁਰੂ ਕਰ ਦਾਂਗੇ ਤਾਂ ਫਿਰ ਉਹ ਮੀਡੀਆ ਟ੍ਰਾਇਲ ਬਣ ਜਾਊਗਾ, ਜਿਹੜਾ ਕਿ ਕਿਸੇ ਵੀ ਕੇਸ ਲਈ ਚੰਗਾ ਨਹੀਂ ਹੁੰਦਾ। ਸੋ ਉਹਦੇ ਬਾਰੇ ਤਾਂ ਮੈਂ ਡਿਟੇਲ 'ਚ ਨਹੀਂ ਦੱਸੂੰਗਾ, ਬਟ ਜਿਵੇਂ ਮੈਂ ਕਿਹਾ ਕਿ ਇਨਵੈਸਟੀਗੇਸ਼ਨ ਕਾਫੀ ਐਡਵਾਂਸ ਸਟੇਜ 'ਤੇ ਉਹ ਚੱਲ ਰਹੀ। ਪਰਮਿੰਦਰ ਝੋਟਾ ਦੇ ਪਿਤਾ ਜੀ ਨੇ ਗੱਲ ਕਹੀ ਹੈ ਜੀ ਵੀ ਜਿਹੜੇ ਬਾਕੀ ਪੰਜਾਬ ਦੇ ਵਿੱਚ ਜਾਂ ਮਾਨਸਾ ਦੇ ਵਿੱਚ ਵੀ ਜੇ ਹੋਰ ਨੌਜਵਾਨਾਂ 'ਤੇ ਹੋਏ ਨੇ, ਜਦੋਂ ਤੱਕ ਉਹਨਾਂ 'ਤੇ ਪਰਚੇ ਰੱਦ ਨਹੀਂ ਹੋਣਗੇ ਜੀ, ਸਾਡਾ ਪੁੱਤ ਵੀ ਬਾਹਰ ਨਹੀਂ ਆਊਗਾ ਜੀ? ਨਹੀਂ, ਉਹਨਾਂ ਨੇ ਆਪਣੀ ਡਿਮਾਂਡ ਰੱਖੀ ਹੈ, ਕੋਈ ਗੱਲ ਨਹੀਂ, ਇਸ ਡਿਮਾਂਡ 'ਤੇ ਅਸੀਂ ਵਿਚਾਰ ਕਰਾਂਗੇ। ਜਿਵੇਂ ਮੈਂ ਕਿਹਾ ਕਿ ਮੈਂ ਮਾਨਸੇ ਦੇ ਕੇਸ ਬਾਰੇ ਦੱਸ ਸਕਦਾ ਕਿ ਇਨਵੈਸਟੀਗੇਸ਼ਨ ਕਾਫੀ ਐਡਵਾਂਸ ਸਟੇਜ 'ਤੇ। ਸੋ ਜਿਹੜੇ ਬਾਕੀ ਕੇਸ ਨੇ ਉਹਨਾਂ ਨੇ ਡਿਮਾਂਡ ਰੱਖੀ ਹੈ, ਉਹ ਅਸੀਂ ਕਰਾਂਗੇ ਉਹਦੇ 'ਤੇ ਵਿਚਾਰ। ਇਹ ਜਦੋਂ ਤੱਕ ਦੀ ਇਹ ਸਾਰੀ ਘਟਨਾ ਹੋਈ ਜੀ, ਉਸ ਤੋਂ ਬਾਅਦ ਕੀ ਹੋਰ ਜਿਹੜੇ ਹੈਗੇ ਨਸ਼ਾ ਤਸਕਰ ਵੀ ਫੜੇ ਗਏ ਆ ਜੀ, ਮਾਨਸਾ ਪੁਲਿਸ ਦੀਆਂ ਪ੍ਰਾਪਤੀਆਂ ਕੀ ਰਹੀਆਂ ਜੀ? ਅਸੀਂ ਪਿਛਲੇ 1.5 ਮਹੀਨੇ ਵਿੱਚ ਮੋਰ ਦੈਨ 100 ਪਰਚੇ ਦਰਜ ਕੀਤੇ ਨੇ ਜੀ। ਨਸ਼ਾ ਤਸਕਰ ਮੇਰੇ ਖਿਆਲ 'ਚ ਮੋਰ ਦੈਨ 120, ਐਗਜੈਕਟ ਫਿਗਰ ਦਾ ਮੈਨੂੰ ਹੁਣ ਨਹੀਂ ਯਾਦ ਕਿ ਕਿੰਨੇ ਅਸੀਂ ਅਰੈਸਟ ਕੀਤੇ, ਬਟ 120 ਤੋਂ ਜ਼ਿਆਦਾ ਅਰੈਸਟ ਕੀਤੇ ਨੇ। ਇਸ ਦੇ ਨਾਲ ਜਿਹੜੇ ਸੈਮੀਨਾਰ ਕੀਤੇ ਜਾ ਰਹੇ, ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ, ਲੋਕਾਂ ਦੀ ਸਪੋਰਟ ਮੰਗੀ ਜਾ ਰਹੀ ਹੈ ਬੇਸਿਕਲੀ, ਕਿਉਂਕਿ ਲੋਕਾਂ ਦੀ ਸਪੋਰਟ ਤੋਂ ਬਿਨਾਂ ਅਸੀਂ ਜੇ ਕਹੀਏ ਕਿ ਡਰੱਗ ਫਰੀ ਕਰ ਦਾਂਗੇ, ਦੈਟ ਇਜ਼ ਨੋਟ ਪੋਸੀਬਲ। ਸੋ ਲੋਕਾਂ ਦੀ ਸਾਨੂੰ ਬਹੁਤ ਸਪੋਰਟ ਵੀ ਮਿਲ ਰਹੀ ਹੈ। ਮੈਂ ਆਪ ਵੀ ਕਈ ਪਿੰਡਾਂ ਵਿੱਚ ਗਿਆ, ਸਾਡੇ 242 ਪਿੰਡ ਨੇ ਮਾਨਸਾ ਦੇ, ਉਹਨਾਂ 'ਚੋਂ 201 ਪਿੰਡ ਅਸੀਂ ਆਲਰੇਡੀ ਕਵਰ ਕਰ ਚੁੱਕੇ। ਸੋ ਜਿਹੜੇ ਬਾਕੀ ਪਿੰਡ ਨੇ ਉਹਨਾਂ ਨੂੰ ਵੀ ਅਸੀਂ 1 ਹਫ਼ਤੇ 10 ਦਿਨ 'ਚ ਸਾਰਿਆਂ ਨੂੰ ਕਵਰ ਕਰਾਂਗੇ। ਅਸੀਂ ਇੱਕ ਐਂਟੀ ਡਰੱਗ ਹੈਲਪਲਾਈਨ ਵੀ ਲਾਂਚ ਕੀਤੀ ਹੈ, ਉਹਦੇ 'ਤੇ ਵੀ ਡੇਲੀ ਮੇਰੇ ਕੋਲ ਰਿਪੋਰਟ ਆਉਂਦੀ ਹੈ ਕਿ ਕਿੰਨੀ ਇਨਫੋਰਮੇਸ਼ਨ ਆਈ ਉਹਦੇ 'ਤੇ, ਕੀ ਕੁਛ ਕੰਮ ਕੀਤਾ ਗਿਆ। ਸੋ ਲੋਕਾਂ ਵੱਲੋਂ ਬਹੁਤ ਸਪੋਰਟ ਹੈ, ਉਹਦੇ ਬੇਸਿਸ 'ਤੇ ਹੀ ਜਿਵੇਂ ਮੈਂ ਕਿਹਾ ਕਿ 100 ਪਰਚਾ ਦਰਜ ਕੀਤਾ ਗਿਆ। ਸੋ ਉਹਨਾਂ ਪਰਚਿਆਂ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਿਹੜੇ ਕੋਈ ਕਮਰਸ਼ੀਅਲ ਕੁਆਂਟਿਟੀ ਦੇ ਨੇ ਉਹਨਾਂ ਦੀ ਅਸੀਂ ਪ੍ਰੋਪਰਟੀ ਵੀ ਅਟੈਚ ਕਰਾਵਾਂਗੇ ਕਿ ਜਿੰਨੇ ਕੋਈ NDPS ਦਾ ਨਸ਼ੇ ਵੇਚ ਕੇ ਕੋਈ ਪ੍ਰੋਪਰਟੀ ਬਣਾਈ ਹੈ ਉਹਨੂੰ ਫਾਈਨੈਂਸ਼ੀਅਲੀ ਵੀ ਸੇਕ ਲੱਗ ਸਕੇ। ਇਸ ਗੱਲ ਨੂੰ ਕਿਵੇਂ ਵੇਖਦੇ ਜੀ? ਬਹੁਤ ਸਾਰੇ ਗੱਲਾਂ ਸਾਹਮਣੇ ਇਹ ਵੀ ਆ ਜਾਂਦੀਆਂ ਵੀ ਪਿੰਡਾਂ ਦੇ ਵਿੱਚੋਂ ਕੋਈ ਨਸ਼ਾ ਤਸਕਰ ਦੀ ਜੇ ਗ੍ਰਿਫਤਾਰੀ ਹੁੰਦੀ ਹੈ ਜੀ, ਤਾਂ ਪਿੰਡ ਦਾ ਹੀ ਕੋਈ ਮੌਤ ਪਰ ਜਾ ਕੇ ਜੀ ਉਹਨਾਂ ਦੀ ਜ਼ਮਾਨਤ ਕਰਾ ਲਿਆਉਂਦਾ, ਤਾਂ ਇਸ ਚੀਜ਼ ਨੂੰ ਤੁਸੀਂ ਮੰਨਦੇ ਹੋ ਵੀ ਉਹਨਾਂ ਦੀ ਜ਼ਮਾਨਤ ਹੀ ਨਹੀਂ ਦੇਣੀ ਚਾਹੀਦੀ ਲੋਕਾਂ? ਨਹੀਂ, ਬਿਲਕੁਲ ਇਹ ਠੀਕ ਗੱਲ ਹੈ, ਅਤੇ ਜਿਵੇਂ ਮੈਂ ਕਿਹਾ ਅਸੀਂ ਸੈਮੀਨਾਰ ਕਰ ਰਹੇ, ਸੋ ਉਹਦੇ ਵਿੱਚ ਅਸੀਂ ਮਤੇ ਵੀ ਪੁਆ ਰਹੇ ਹਾਂ
ਪਿੰਡਾਂ ਤੋਂ ਸੋ ਪਿੰਡ ਵਾਲਿਆਂ ਨੇ ਇਹ ਮਤੇ ਵੀ ਪਾਏ ਨੇ ਕਿ ਜੇ ਸਾਡੇ ਪਿੰਡ ਦਾ ਕੋਈ ਬੰਦਾ ਨਸ਼ਾ ਵੇਚਦਾ ਫੜਿਆ ਜਾਂਦਾ ਤੇ ਪਿੰਡ ਦਾ ਕੋਈ ਵੀ ਬੰਦਾ ਉਹਦਾ ਜ਼ਮਾਨਤ ਨਹੀਂ ਕਰਾਉਣ ਜਾਊਗਾ ਸੋ ਇਹੋ ਜਿਹੇ ਮੇਰੇ ਖਿਆਲ 'ਚ 25 ਜਾਂ 30 ਪਿੰਡ ਨੇ ਜਿਹੜੇ ਆਲਰੇਡੀ ਮਤਾ ਪਾ ਚੁੱਕੇ ਨੇ ਸੋ ਬਾਕੀਆਂ 'ਚ ਵੀ ਅਸੀਂ ਅੰਡਰ ਪ੍ਰੋਸੈਸ ਹੈ ਕਿ ਇਹ ਸਾਰਿਆਂ 'ਚ ਮਤਾ ਪਵਾਈਏ ਇਨ ਐਡੀਸ਼ਨ ਜਿਹੜੇ ਕੈਮਿਸਟ ਐਸੋਸੀਏਸ਼ਨ ਨੇ ਉਹਨਾਂ ਵਾਸਤੇ ਵੀ ਅਸੀਂ ਜਲਦੀ ਇੱਕ ਐਪ ਲਾਂਚ ਕਰਨ ਜਾ ਰਹੇ ਹਾਂ ਤਾਂ ਕਿ ਜਿਹੜਾ ਵੀ ਉਹਨਾਂ ਦਾ ਸਮਾਨ ਉਹਨਾਂ ਕੋਲ ਆਉਂਦਾ ਹੈ ਅਤੇ ਸਮਾਨ ਉਹ ਵੇਚਦੇ ਹੈ ਕੋਈ ਵੀ ਡਰੱਗਸ ਜਿਹੜੀ ਪ੍ਰਿਸਕ੍ਰਿਪਸ਼ਨ ਦੇ ਨਾਲ ਹੋਣੀ ਚਾਹੀਦੀ ਉਹਦੇ 'ਤੇ ਅਸੀਂ ਇੱਕ ਚੈੱਕ ਰੱਖਾਂਗੇ ਔਨਲਾਈਨ ਮੇਰੇ ਕੋਲ ਉਹਦਾ ਰਹੂਗਾ ਔਨਲਾਈਨ ਡਰੱਗ ਇੰਸਪੈਕਟਰ ਕੋਲ ਰਹੂਗਾ ਉਹ ਆਪਣੀ ਔਨਲਾਈਨ ਉਹਦੇ ਵਿੱਚ ਐਂਟਰੀ ਪਾਉਣਗੇ ਕਿ ਕਿੰਨੀ ਉਹਨਾਂ ਕੋਲ ਮੈਡੀਸਨ ਆਈ ਹੈ ਅਤੇ ਕਿੰਨੀ ਮੈਡੀਸਨ ਵੇਚੀ ਗਈ ਹੈ ਜਦੋਂ ਮੈਡੀਸਨ ਆਊਗੀ ਉਹ ਬਿੱਲ ਦੀ ਫੋਟੋ ਪਾਉਣਗੇ ਵਿੱਚ ਉਹਦੇ ਪੋਰਟਲ 'ਤੇ ਜਦੋਂ ਉਹ ਦਵਾਈ ਵੇਚਣਗੇ ਉਸ ਵੇਲੇ ਜਿਹੜੀ ਪ੍ਰਿਸਕ੍ਰਿਪਸ਼ਨ ਹੋਏਗੀ ਉਹਦੀ ਵੀ ਫੋਟੋ ਪਾਈ ਜਾਊਗੀ ਸੋ ਇੱਕੋ ਟਰਾਂਸਪੇਰੈਂਟ ਪੋਰਟਲ ਹੋਏਗਾ ਜਿਹਦਾ ਕਿ ਮਾਸਟਰ ਯੂ ਕੈਨ ਸੇ ਸਰਵਰ ਮੇਰੇ ਕੋਲ ਰਹੂਗਾ ਅਤੇ ਡਰੱਗ ਇੰਸਪੈਕਟਰ ਕੋਲ ਰਹੂਗਾ ਕਿ ਔਨਲਾਈਨ ਅਸੀਂ ਕਦੀ ਵੀ ਚੈੱਕ ਕਰ ਸਕਦੇ ਹਾਂ ਫਿਰ ਜਾ ਕੇ ਫਿਜ਼ੀਕਲੀ ਜਦੋਂ ਚੈੱਕ ਕਰਦੇ ਹਾਂ ਅਤੇ ਕੀ ਉਹ ਫਿਗਰ ਸੇਮ ਨੇ ਜਾਂ ਘੱਟ ਨੇ ਜੇ ਕੋਈ ਇਹੋ ਜਿਹਾ ਆਉਂਦਾ ਕਿ ਉਹਦੀਆਂ ਔਨਲਾਈਨ ਫਿਗਰਸ ਜਿਵੇਂ ਮੰਨ ਲਓ 3500 ਉਹਦੇ ਕੋਲ ਗੋਲੀਆਂ ਹੋਣੀਆਂ ਚਾਹੀਦੀਆਂ ਬਟ ਉਹਦੇ ਕੋਲ 3600 ਨੇ ਸੋ ਦੈਟ ਮੀਨਸ ਕਿ ਉਹਨੇ ਕਿਧਰੇ ਨਾ ਕਿਧਰੇ ਫਰਜ਼ ਕੀਤਾ ਅਤੇ ਉਹਦੇ ਵਿੱਚ ਅਸੀਂ ਜਿਹੜਾ ਪਰਚਾ ਦਰਜ ਕਰਨਾ ਬਣਦਾ ਉਹ ਕਰਾਂਗੇ ਥੈਂਕ ਯੂ ਸੋ ਇਹ ਸੀ SSP ਨਾਨਕ ਸਿੰਘ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਜਿਹੜਾ ਸ਼ਿਕਾਇਤ ਕਰਤਾ ਹੈ ਝੋਟੇ ਦੇ ਕੇਸ ਦੇ ਵਿੱਚ ਉਹ ਬਾਹਰ ਹੈ 2-4 ਦਿਨ ਦੇ ਵਿੱਚ ਹੀ ਉਹਨੂੰ ਬੁਲਾਇਆ ਜਾ ਰਿਹਾ ਅਤੇ ਉਸ ਤੋਂ ਬਾਅਦ ਹੀ ਪੋਜ਼ਿਟਿਵ ਗੱਲ ਜਿਹੜੀ ਉੱਥੇ ਕੀਤੀ ਹੈ ਪੋਜ਼ਿਟਿਵ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਨਾਨਕ ਸਿੰਘ ਜੀ ਦੇ ਵੱਲੋਂ ਵੀ ਪੋਜ਼ਿਟਿਵ ਫੈਸਲਾ ਹੀ ਜਿਹੜਾ ਆਵੇਗਾ ਲੋਕਾਂ ਦੇ ਲਈ ਤਾਂ 2-4 ਦਿਨ ਦੇ ਵਿੱਚ ਕੀ ਪਰਮਿੰਦਰ ਸਿੰਘ ਝੋਟਾ ਬਾਹਰ ਆਉਂਦਾ ਹੈ ਜਾਂ ਕੀ ਫੈਸਲਾ ਆਉਂਦਾ ਹੈ ਇਸ ਦੇ ਉੱਤੇ ਹੁਣ ਨਜ਼ਰਾਂ ਬਣੀਆਂ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ